ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਸੰਗਤਾਂ ਨੂੰ ਇਹ ਬੇਨਤੀ ਕਰਨੀ ਆ ਵੀ 19 ਤਰੀਕ ਦਿਨ ਐਤਵਾਰ ਨੂੰ 19 ਮਾਰਚ ਨੂੰ ਅਸੀਂ ਜਿਹੜੀ ਵਹੀਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਰੋਕੀ ਸੀ ਕੁਝ ਸਮੇਂ ਵਾਸਤੇ, ਉਹਨੂੰ ਦੁਬਾਰਾ ਆਰੰਭ ਕਰਕੇ ਵਿਸਾਖੀ ਤੱਕ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚਣਾ ਹੈ। ਮਾਲਵੇ ਦੀ ਧਰਤੀ ਦੇ ਵਿੱਚ ਵਹੀਰ ਚੱਲਣੀ ਹੈ। ਸੋ ਜਦੋਂ ਇਹ ਵਹੀਰ ਦਾ ਫੈਸਲਾ ਜਥੇਬੰਦਕ ਰੂਪ 'ਚ ਕੀਤਾ 19 ਤਰੀਕ ਨੂੰ ਦਿਨ ਐਤਵਾਰ ਹੋਣ ਕਰਕੇ ਸਾਨੂੰ ਇਹ ਫੈਸਲਾ ਉਸ ਦਿਨ ਸ਼ੁਰੂ ਕਰਨ ਦਾ ਕਰਨਾ ਪਿਆ। ਸੋ ਸਾਡੇ ਕੁਝ ਸਮਾਗਮ ਜਿਹੜੇ ਸੀ ਸਾਨੂੰ ਉਹਨਾਂ ਨੂੰ ਰੱਦ ਕਰਨਾ ਪਿਆ, ਜਿਨ੍ਹਾਂ 'ਚ ਇੱਕ ਚੰਦੋ ਮਾਝਾ ਪਿੰਡ ਹੈ ਗੁਰਦਾਸਪੁਰ ਦੇ ਵਿੱਚ, ਉੱਥੇ ਸਾਡਾ ਇੱਕ ਸਮਾਗਮ ਸੀ ਅਤੇ ਉਹਨਾਂ ਸਿੰਘਾਂ ਨੇ ਕਾਫੀ ਤਿਆਰੀਆਂ ਵੀ ਕੀਤੀਆਂ ਸਮਾਗਮ ਦੀਆਂ। ਸੋ ਇੱਕ ਤਾਂ ਉਹਨਾਂ ਸਿੰਘਾਂ ਤੋਂ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ ਵੀ ਸਾਡੀ ਇਹ ਮਜਬੂਰੀ ਬਣ ਗਈ ਵੀ ਸਾਨੂੰ ਵਹੀਰ ਸ਼ੁਰੂ ਕਰਨੀ ਪੈ ਰਹੀ ਹੈ, ਅਤੇ ਅਸੀਂ ਭਵਿੱਖ 'ਚ ਯਕੀਨੀ ਬਣਾਵਾਂਗੇ ਵੀ ਜਦੋਂ ਵਹੀਰ ਗੁਰਦਾਸਪੁਰ ਦੇ ਇਲਾਕੇ 'ਚ ਆਊਗੀ ਅਤੇ ਇਸ ਨਗਰ ਦੇ ਵਿੱਚ ਅਸੀਂ ਪੜਾਅ ਜ਼ਰੂਰ ਕਰਾਂਗੇ। ਸੋ ਸੰਗਤਾਂ ਜਿਨ੍ਹਾਂ ਨੇ ਵੀ ਤਿਆਰੀ ਕੀਤੀ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਹਾਂ। ਸੋ ਅੱਗੇ ਤੋਂ ਵੀ ਇਹ ਜਿਹੜੀ ਗੱਲ ਹੈ, ਹੁਣ ਉਸ ਤੋਂ ਅੱਗੇ ਸਾਡੇ ਕੋਈ ਸਮਾਗਮ ਨਹੀਂ ਨੇ, ਵਹੀਰ ਦੇ ਵਿੱਚ ਹੀ ਅਸੀਂ ਜਿਹੜੇ ਸਮਾਗਮ ਕਰਾਂਗੇ ਮਾਲ ਵਿੱਚ ਕਰਾਂਗੇ। ਸੋ ਇਸ ਕਰਕੇ ਜਿਹੜੀਆਂ ਸੰਗਤਾਂ ਨੂੰ ਇਹ ਜਿਹੜੀਆਂ ਤਿਆਰੀਆਂ ਕੀਤੀਆਂ, ਜੋ ਕੁਛ ਵੀ ਹੋਇਆ, ਪ੍ਰਬੰਧਕਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਭਵਿੱਖ ਦੇ ਵਿੱਚ ਜਦੋਂ ਵੀ ਕੋਈ ਗੱਲਬਾਤ ਹੋਵੇ ਅਸੀਂ ਉਹਨਾਂ ਦੇ ਪਿੰਡ ਆਣ ਕੇ ਜਿਹੜਾ ਪੜਾਅ ਕਰ ਲਾਂਗੇ। ਤਾਂ ਵਹੀਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਵੱਧ ਚੜ੍ਹ ਕੇ ਸ਼੍ਰੀ ਮੁਕਤਸਰ ਸਾਹਿਬ 19 ਤਰੀਕ ਨੂੰ ਪਹੁੰਚਣ ਅਤੇ ਸਹਿਯੋਗ ਕਰਨ ਤਾਂ ਜੋ ਆਪਾਂ ਮਾਲਵੇ ਦੀ ਧਰਤੀ ਦੇ ਵਿੱਚ ਜਿਹੜੀ ਵਹੀਰ ਸ਼ੁਰੂ ਕਰ ਸਕੀਏ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਅਤੇ ਸਿੱਖੀ ਨਾਲ ਜੋੜ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।